ਆਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਆਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਿਨਾਂ ਕਰਮਾਂ ਤੋਂ ਕਿਸੇ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਜੇ ਆਪਣੇ ਹੀ ਜ਼ੋਰ ਲਾਏ ਤਾਂ ਗੁਰੂ ਪਿਆਰਿਓ ਸਭ ਕੁਝ ਹੁੰਦਾ। ਅਤੇ ਜਿਹੜੇ ਰਿਕਸ਼ੇ ਜਾਂ ਜਿਹੜੇ ਲੋਕ ਜਿਹੜੇ ਮਜ਼ਦੂਰੀ ਤਬਕੇ ਦੇ ਲੋਕ ਨੇ ਸਾਡੇ ਨਾਲ ਦੁੱਗਣੀਆਂ ਮਿਹਨਤਾਂ ਕਰਦੇ ਨੇ। ਇਹ ਲੋਕ ਅੰਦਰ ਬੈਠੇ ਕਲੈਕਟਰ, ਅੰਦਰ ਬੈਠੇ ਇੰਸਪੈਕਟਰ, ਅੰਦਰ ਬੈਠੇ ਮਿਨਿਸਟਰ ਦੇ ਨਾਲੋਂ ਉਹਦੇ ਚਪੜਾਸੀ ਦੀ ਜ਼ਿਆਦਾ ਮਿਹਨਤ ਹੈ। ਫਿਰ ਤਾਂ ਕੋਠੀ ਉਹਦੀ ਵੱਡੀ ਹੋਣੀ ਚਾਹੀਦੀ ਸੀ। ਪਰ ਆਪਣੀ ਮਿਹਨਤ ਠੀਕ ਹੈ, ਉੱਦਮ ਵੀ ਕਰਨਾ ਹੈ। ਅਸਲ ਬਖਸ਼ਿਸ਼ ਤਾਂ ਗੁਰੂ ਦੀ ਕਰਮਾਂ ਦੇ ਨਾਲ ਹੀ, ਜੋ ਤੇਰੇ ਕਰਮਾਂ ਦੀ ਪਰਾ ਲੱਭਦਾ ਹੈ ਉਹੀ ਤੇਰੇ ਹਿੱਸੇ ਵਿੱਚ ਆਉਣਾ ਹੈ। ਗੁਰੂ ਨਾਨਕ ਕਹਿੰਦੇ, ਜੇਤੀ ਸਿਰ ਠਿਉ ਪਾਈ ਵੇਖਾ, ਬਿਨ ਕਰਮਾਂ ਕੇ ਮਿਲੈ ਲਈ। ਬਿਨਾਂ ਕਰਮਾਂ ਤੋਂ ਕਿਸੇ ਨੂੰ ਕੁਝ ਨਹੀਂ ਮਿਲਦਾ ਭਾਈ। ਸਿੱਧ ਕਹਿੰਦੇ, ਮਹਾਰਾਜ ਦੇਖੋ ਅਸੀਂ ਕਿੰਨੇ ਰਤਨ ਹੀਰੇ ਬਣਾ ਦਿੱਤੇ। ਆਹ ਤੀਰਥ ਵੇਖੋ, ਅਸੀਂ ਨਦੀ ਨੂੰ ਹੀਰਿਆਂ ਰਤਨਾਂ ਦਾ ਰੂਪ ਬਣਾ ਦਿੱਤਾ। ਗੁਰੂ ਨਾਨਕ ਕਹਿੰਦੇ, ਇਹ ਰਤਨ ਕੁਛ ਵੀ ਨਹੀਂ ਪਿਆਰਿਓ, ਅਸਲੀ ਰਤਨ ਤਾਂ ਤੁਹਾਡੇ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਰਤਨ ਹੈ। ਹਿਰਦੇ ਵਿੱਚ ਪਰਮੇਸ਼ਰ ਵਾਸਤੇ ਪਿਆਰ ਬੈਰਾਗ ਰੂਪੀ ਰਤਨ ਹੈ। ਮਤ ਵਿੱਚ ਰਤਨ ਜਵਾਹਰ ਮਾਣਕ, ਮਤ ਦੇ ਵਿੱਚ ਅਸਲੀ ਰਤਨ, ਅਸਲੀ ਜਵਾਹਰ ਤੇ ਪਰਮੇਸ਼ਰ ਦਾ ਨਾਮ ਹੈ। ਮਤ ਵਿੱਚ ਰਤਨ, ਰਤਨ ਭਾਵ ਨਾਮ, ਤੇ ਬੈਰਾਗ ਪਰਮੇਸ਼ਰ ਦਾ ਨਾਮ, ਉਹਦੇ ਪ੍ਰਤੀ ਪ੍ਰੇਮ ਭਾਵਨਾ ਬੈਰਾਗ, ਜਵਾਹਰ ਪਰਮੇਸ਼ਰ ਵਾਸਤੇ ਆਤਮ ਗਿਆਨ ਦੀ ਪ੍ਰਾਪਤੀ। ਮਾਣਕ ਕਹਿੰਦੇ ਨੇ ਪਰਮੇਸ਼ਰ ਨੂੰ ਸੁਣਨ ਮੰਨਣ ਕਰਕੇ ਉਹਦੇ ਬਚਨਾਂ ਦੇ ਉੱਤੇ ਚੱਲਣਾ। ਮਤ ਵਿੱਚ ਰਤਨ ਜਵਾਹਰ ਮਾਣਕ, ਸਾਰੇ ਰਤਨ ਅਤੇ ਜਵਾਹਰ ਮਾਣਕ ਕਹਿੰਦੇ ਤੇਰੀ ਮਤ ਵਿੱਚ ਹੋ ਜਾਣਗੇ। ਕਿਵੇਂ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਸਿੱਖ ਗੁਰੂ ਦਾ ਉਪਦੇਸ਼ ਮੰਨ ਲਵੇ, ਸਾਰੀ ਦੁਨੀਆ ਦੇ ਖਜ਼ਾਨੇ ਉਹਦੇ ਦਰ 'ਤੇ ਪਾਣੀ ਭਰਦੇ ਨੇ ਪਿਆਰਿਓ। ਸਭ ਦੁਨੀਆ ਦੇ ਖਜ਼ਾਨੇ ਉਹਦੇ ਦਰ 'ਤੇ ਪਾਣੀ ਭਰਦੇ ਨੇ। ਇਸ ਕਰਕੇ ਗੁਰੂ ਨਾਨਕ ਕਹਿੰਦੇ ਨੇ, ਉਹਨਾਂ ਚੀਜ਼ਾਂ ਨਾਲ ਕੁਛ ਨਹੀਂ ਬਣਦਾ ਜੇ ਤੀਰਥਾਂ 'ਤੇ ਗਿਆ ਹੀ ਮਿਲਦਾ ਹੁੰਦਾ। ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ, ਆਪਣੇ ਹੀ ਲਿੱਤਿਆਂ ਮਿਲਦਾ ਤਾਂ ਹਰ ਬੰਦਾ ਅਮੀਰ ਹੋ ਜਾਂਦਾ, ਹਰ ਬੰਦਾ ਦੌਲਤ ਵਾਲਾ ਹੋ ਜਾਂਦਾ, ਭਾਗਾਂ ਵਾਲਾ ਹੋ ਜਾਂਦਾ। ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ, ਕਹਿੰਦੇ ਗੱਲ ਤਾਂ ਕਰਮਾਂ ਦੇ ਉੱਤੇ ਨਿਬੜਨੀ ਹੈ। ਸੋ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੇ ਬਚਨ ਨੂੰ ਮੰਨ ਲਵੇਂ, ਤੇਰੀ ਮਤ ਵਿੱਚ ਹੀ ਸਾਰੇ ਰਤਨ ਜਵਾਹਰ ਮਾਣਕ ਹੋ ਜਾਣਗੇ। ਇਸ ਕਰਕੇ ਗੁਰੂ ਨਾਨਕ ਕਹਿੰਦੇ, ਸਿੱਧੋ ਗੁਰਾਂ ਇੱਕ ਦੇਹ ਬੁਝਾਈ, ਮੈਨੂੰ ਗੁਰੂ ਨੇ ਇੱਕ ਮਤ ਦਿੱਤੀ ਆ। ਉਹ ਕਿਹੜੀ ਮਤ ਹੈ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਵਾਹਿਗੁਰੂ ਕਿਰਪਾ ਕਰ, ਤੇਰਾ ਨਾਮ ਕਦੇ ਮੈਨੂੰ ਵਿਸਰੇ ਨਾ, ਸਦਾ 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 ਚੇਤੇ ਰਹੀਂ। ਕਿਉਂਕਿ ਜੇ ਤੂੰ ਵਿਸਰ ਜਾਵੇਂ, ਮੇਰੇ ਸਤਿਗੁਰੂ ਕਹਿੰਦੇ, ਫਿਰ ਮੌਤ ਵਰਗਾ ਹੀ ਕੰਮ ਹੈ। ਆਖਾਂ ਜੀਵਾਂ ਵਿਸਰੈ, ਮਰ ਜਾਓ ਜੇ ਵਿਸਰਿਆ ਤਾਂ ਮਰਿਆਂ ਦੇ ਬਰਾਬਰ ਹੈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਭਾਈ ਤੀਰਥਾਂ 'ਤੇ ਜਾਣ ਨਾਲ ਕੁਝ ਨਹੀਂ ਹੋਣਾ, ਗੱਲ ਤਾਂ ਤੁਹਾਡਾ ਅੰਦਰ ਸ਼ੁੱਧ ਹੋਣਾ ਚਾਹੀਦਾ। ਤਨ ਧੋਤੇ ਮਨ ਹੱਛਾ ਨਾ ਹੋਏ ਸੀ, ਇਕੱਲਾ ਤਨ ਧੋਣ ਨਾਲ ਮਨ ਕਦੇ ਵੀ ਸੁੰਦਰ ਨਹੀਂ ਹੋ ਸਕਦਾ। ਇਹ ਜਿਹੜਾ ਤੁਹਾਡਾ ਕਰਮ ਹੈ ਨਾ ਪ੍ਰਭੂ ਦੀ ਪ੍ਰਾਪਤੀ ਵਾਸਤੇ, ਇਹਨੇ ਸਫਲ ਹੈ, ਸੁੱਚਮ ਤਾਂ ਇੱਦਾਂ ਨਹੀਂ ਹੋ ਸਕਦੀ। ਸੋ ਇੱਥੇ ਪਿਆਰਿਓ 6ਵੀਂ ਪੌੜੀ ਦੀ ਸਮਾਪਤੀ ਹੈ। 90 ਅੱਖਰ 6ਵੀਂ ਪੌੜੀ ਦੇ ਵਿੱਚ ਆਉਂਦੇ ਨੇ। ਅੱਗੇ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਸੋਚਿਆ, ਨਾ ਤਾਂ ਇਹ ਸਾਡੀ ਕਿਸੇ ਗਿਆਨ ਗਾਥਾ ਨੂੰ ਮੰਨਦੇ ਨੇ, ਅਸੀਂ ਕੋਈ ਇਹਨਾਂ ਨਾਲ ਗੱਲ ਨਹੀਂ ਕਰ ਪਾਉਂਦੇ, ਹਾਰ ਜਾਂਦੇ ਹਾਂ। ਤੀਰਥਾਂ ਦੀ ਗੱਲ ਵੀ ਇਹਨਾਂ ਨੇ ਝੂਠੀ ਸਿੱਧ ਕਰ ਦਿੱਤੀ ਹੈ, ਤੀਰਥ ਵੀ ਫੋਕਟ ਕਰਮ ਦੱਸ ਕੇ ਸਿੱਧ ਕਰ ਦਿੱਤਾ। ਕਹਿੰਦੇ ਕਿਉਂ ਨਾ ਇਹਨਾਂ ਨੂੰ ਲਾਲਚ ਦੇਈਏ ਵੀ ਤੁਹਾਡੀ ਉਮਰ ਵਧਾ ਦਾਂਗੇ, ਸਾਡੇ ਪੰਥ ਵਿੱਚ ਆ ਜਾਓ, ਸਾਡੇ ਪੰਥ ਵਿੱਚ ਆਓ, ਤੁਹਾਡੀ ਉਮਰ ਲੰਬੀ ਕਰ ਦਿਆਂਗੇ। ਕਿਉਂਕਿ ਜੋਗੀ ਲੋਕ ਜਿਹੜੇ ਸੀ ਪਿਆਰਿਓ, ਇਹ ਬੜੇ ਬੜੇ ਸਾਲ ਇਹਨਾਂ ਦੀ 12-12 ਸੌ ਵਰ੍ਹਿਆਂ ਦੀ ਉਮਰ ਸੀ, ਲੰਮੀਆਂ ਉਮਰਾਂ ਸੀ ਇਹਨਾਂ ਜੋਗੀਆਂ ਦੀਆਂ। ਇਹ ਕਰਦੇ ਕੀ ਸੀ? ਸਾਹ ਰੋਕ ਕੇ ਉਮਰ ਵਧਾਉਂਦੇ ਸੀ। ਜਿਵੇਂ ਇੱਕ ਸਾਹ ਅੰਦਰ ਗਿਆ, ਉਹਨੂੰ ਰੋਕ ਕੇ 5 ਵਾਰ ਜਾਂ 4 ਵਾਰ ਵਾਹਿਗੁਰੂ ਕਹਿਣਾ, ਫਿਰ ਬਾਹਰ ਆਉਂਦੇ ਸਾਹ ਨਾਲ 8 ਵਾਰ ਵਾਹਿਗੁਰੂ ਕਹਿਣਾ, ਫਿਰ ਅੰਦਰ ਜਾਂਦੇ ਸਾਹ ਨਾਲ 16 ਵਾਰ ਵਾਹਿਗੁਰੂ ਕਹਿਣਾ, ਸਾਹ ਦੀ ਲੰਬਾਈ ਵਧਾਉਂਦੇ ਜਾਣਾ, ਸਾਹ ਰੋਕੀ ਜਾਣੇ, ਫਿਰ ਬਾਹਰ ਆਉਂਦੇ ਸਾਹ ਨਾਲ 32 ਵਾਰ ਵਾਹਿਗੁਰੂ ਕਹਿਣਾ, ਫਿਰ ਅਭਿਆਸ ਕਰਦੇ ਕਰਦੇ ਅੰਦਰ ਜਾਂਦੇ ਸਾਹ ਨਾਲ ਪਿਆਰਿਓ 64 ਵਾਰ ਵਾਹਿਗੁਰੂ ਕਹਿਣਾ,
ਫਿਰ ਉੱਥੇ ਟਿਕ ਕੇ 128 ਵਾਰ ਵਾਹਿਗੁਰੂ ਕਹਿਣਾ। ਸਾਹ ਰੋਕ ਰੋਕ ਕੇ ਸਿੱਧ ਲੋਕ ਆਪਣੀਆਂ ਉਮਰਾਂ ਵਧਾ ਲੈਂਦੇ ਸੀ। ਗੁਰੂ ਨਾਨਕ ਸਾਹਿਬ ਨੂੰ ਲਾਲਚ ਦਿੱਤਾ, ਕਹਿੰਦੇ ਜੀ ਸਾਡੇ ਪੰਥ ਵਿੱਚ ਆ ਜਾਓ, ਅਸੀਂ ਤੁਹਾਡੀ ਉਮਰ ਵੱਡੀ ਕਰ ਦਾਂਗੇ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਹਾਡੀ ਉਮਰ ਅਸੀਂ 4 ਯੁੱਗਾਂ ਦੀ ਕਰ ਦਾਂਗੇ। ਸ਼ਾਸਤਰਾਂ ਨੇ, ਪੁਰਾਣਾਂ ਨੇ 4 ਯੁੱਗਾਂ ਦੀ ਉਮਰ 43,32,000 ਸਾਲ ਦੀ ਮੰਨੀ ਹੈ। 43,32,000 ਸਾਲ ਬਹੁਤ ਲੰਬੀ ਉਮਰ ਹੈ। ਔਰ ਕੁਦਰਤੀ ਹੈ, ਸੁਭਾਵਿਕ ਹੀ ਹੈ, ਕੋਈ ਬੰਦਾ ਦੁਨੀਆ ਦੇ ਉੱਤੇ ਜਿਹੜਾ ਜੀ ਰਿਹਾ ਮਰਨਾ ਕਦੇ ਵੀ ਚਾਹੁੰਦਾ ਨਹੀਂ। ਜੇ ਮੰਜੇ 'ਤੇ 90 ਸਾਲ ਦਾ ਬਾਪੂ ਵੀ ਪਿਆ ਹੋਵੇ, ਕੰਨ ਵਿੱਚ ਜਾ ਕੇ ਕਹੋ ਬਾਪੂ ਹੁਣ ਤਾਂ ਕੰਮ ਮੁੱਕਿਆ ਹੀ ਸਮਝੀਏ, ਅੱਗੋਂ ਕਹੇਗਾ ਨਾ ਨਾ ਕਾਕਾ ਟੀਕੇ ਟੂਕੇ ਲਵਾ, ਮੈਂ ਨਹੀਂ ਹਜੇ ਮਰਨਾ। ਹਰ ਕੋਈ ਚਾਹੁੰਦਾ ਮੇਰੀ ਉਮਰ ਲੰਬੀ ਹੋਵੇ। ਉਹ ਉਮਰ ਲੰਬੀਆਂ ਕਰਨ ਵੱਲ ਜ਼ੋਰ ਦਿੰਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੀ ਇੱਦਾਂ ਹੀ ਲਾਲਚ ਦਿੱਤਾ, ਕਹਿੰਦੇ ਤੁਹਾਡੀ ਉਮਰ 4 ਯੁੱਗਾਂ ਦੀ ਕਰ ਦਾਂਗੇ, ਸਾਡੇ ਧਰਮ 'ਚ ਆਓ, ਸਾਨੂੰ ਮੰਨੋ। ਗੁਰੂ ਨਾਨਕ ਕਹਿੰਦੇ ਪੰਡਤੋ ਜੋਗੀਓ, 4 ਯੁੱਗਾਂ ਦੀ ਉਮਰ ਛੱਡੋ, ਭਾਵੇਂ ਮੇਰੀ ਉਮਰ 40 ਯੁੱਗ ਦੀ ਵੀ ਕਰ ਦਿਓ, ਪ੍ਰਭੂ ਦੇ ਨਾਮ ਤੋਂ ਬਿਨਾਂ ਕੱਖ ਵੀ ਨਹੀਂ ਜੇ ਬਣਨਾ। ਜੇ ਕਿਸੇ ਦੀ ਉਮਰ 4 ਯੁੱਗ ਦੀ ਵੀ ਹੋ ਜਾਵੇ, ਗੁਰੂ ਨਾਨਕ ਅੱਗੇ ਜਵਾਬ ਦਿੰਦੇ ਨੇ, ਜੇ ਯੁੱਗ 4 ਆਰਜਾ, ਕਹਿੰਦੇ ਫਰਜ਼ ਕਰੋ ਕਿਸੇ ਦੀ 4 ਯੁੱਗ ਦੀ ਆਰਜਾ ਹੋ ਗਈ, 43,32,000 ਸਾਲ ਉਸਦੀ ਉਮਰ ਹੋ ਗਈ। ਕਹਿੰਦੇ ਇੱਥੇ ਹੀ ਛੱਡੋ, ਕੇਵਲ 43,32,000 ਸਾਲ ਨਹੀਂ, ਕਹਿੰਦੇ ਇਹਨੂੰ ਹੋਰ 10 ਨਾਲ ਗੁਣਾ ਕਰ ਲਓ, ਮਲਟੀਪਲ ਕਰ ਲਓ। ਜੇ ਯੁੱਗ 4 ਆਰਜਾ ਹੋਰ ਦਸੂਣੀ ਹੋਏ, ਕਹਿੰਦੇ ਇਹਨੂੰ 10 ਨਾਲ ਮਲਟੀਪਲ ਕਰ ਲਓ, ਭਾਵ ਕਿ 43 ਕਰੋੜ ਸਾਲ ਦੀ ਵੀ ਉਮਰ ਹੋ ਜਾਵੇ, ਕਰੋੜਾਂ ਵਰਿਆਂ ਦੀ ਵੀ ਉਮਰ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਕਹਿੰਦੇ 43 ਕਰੋੜ ਭਾਵ ਲੱਖਾਂ ਕਰੋੜਾਂ ਵਰਿਆਂ ਦੀ ਉਮਰ ਹੋ ਜਾਵੇ। 4 ਯੁੱਗ ਛੱਡੋ, 40 ਯੁੱਗਾਂ ਦੀ ਉਮਰ ਹੋ ਜਾਵੇ। ਅਤੇ ਕਹਿੰਦੇ ਨੇ 9 ਖੰਡਾਂ ਦੇ ਵਿੱਚ ਤੇਰੇ ਨਾਮ ਦਾ ਡੰਕਾ ਵੱਜੇ, ਇੰਨਾ ਤੂੰ ਫੇਮਸ ਹੋ ਜਾਵੇਂ, ਇੰਨੀ ਤੇਰੀ ਸੋਭਾ ਹੋ ਜਾਵੇ। ਵੈਸੇ ਪੁਰਾਣਾ ਨੇ 9 ਖੰਡ ਮੰਨੇ ਨੇ ਪਿਆਰਿਓ, ਕਿ ਪੁਰਖ ਖੰਡ, ਦੂਜਾ ਬਹਾਦਰ ਖੰਡ, ਤੀਜਾ ਕੇਤਮਲ ਖੰਡ, ਚੌਥਾ ਹਰ ਵਰਖ ਖੰਡ, ਪੰਜਵਾਂ ਹਿਰਣੇ ਖੰਡ, ਛੇਵਾਂ ਰਮੇ ਖੰਡ, ਸੱਤਵਾਂ ਕੁਰਖੇਤ ਖੰਡ, ਅੱਠਵਾਂ ਵਿਲਾਵਰਤ ਖੰਡ ਅਤੇ 9ਵਾਂ ਭਾਰਤ ਖੰਡ। 9 ਦੇ 9 ਖੰਡਾਂ ਦੇ ਵਿੱਚ ਗੁਰੂ ਨਾਨਕ ਕਹਿੰਦੇ ਤੇਰੇ ਨਾਮ ਦੀ ਸੋਭਾ ਹੀ ਹੋ ਜੇ, ਤੇਰਾ ਨਾਮ ਚੱਲਣ ਲੱਗ ਜੇ, ਨਵਾਂ ਖੰਡਾਂ ਵਿੱਚ ਜਾਣੀ ਹੈ। ਅਤੇ ਜਦੋਂ ਤੂੰ ਕਿਤੇ ਜਾਵੇਂ, ਤੇਰੇ ਮਗਰ ਮਗਰ 9 ਖੰਡਾਂ ਦੇ ਲੋਕ ਹੀ ਤੁਰ ਪੈਣ, ਨਾਲ ਚੱਲੇ ਸਭ ਕੋਏ। ਇੱਥੇ ਗੁਰੂ ਨਾਨਕ ਕਹਿੰਦੇ ਤੇਰੀ ਇੰਨੀ ਵੀ ਸੋਭਾ ਹੋ ਜੇ, ਇੰਨਾ ਵੀ ਤੂੰ ਤਕੜਾ ਹੋ ਜਾਵੇਂ, 4 ਯੁੱਗਾਂ ਦੀ ਉਮਰ ਹੋ ਜੇ, ਉਹਨੂੰ 10 ਨਾਲ ਗੁਣਾ ਕਰ ਲੈ, 40 ਯੁੱਗਾਂ ਦੀ ਤੇਰੀ ਉਮਰ ਹੋ ਜੇ, 9 ਖੰਡਾਂ ਵਿੱਚ ਤੇਰੇ ਨਾਮ ਦਾ ਡੰਕਾ ਵੱਜੇ। ਕਹਿੰਦੇ ਫਿਰ ਉਹ ਤੋਂ ਬਾਅਦ ਸਾਰੀ ਲੁਕਾਈ ਤੇਰੇ ਮਗਰ ਮਗਰ ਹੋ ਕੇ ਫਿਰੀ ਜਾਵੇ, ਭਾਵ ਤੇਰੇ ਪਿੱਛੇ ਪਿੱਛੇ ਦੁਨੀਆਂ ਲੱਗੀ ਰਵੇ। ਚੰਗਾ ਨਾਉ ਰਖਾਏ ਕੈ, ਨਾਮ ਬੜਾ ਚੰਗਾ ਰਖਾ ਲਵੇ, ਤੇਰੇ ਨਾਮ ਦੇ ਨਾਲ ਬੜੇ ਵਿਸ਼ੇਸ਼ਣ ਲੱਗਣ, ਤੂੰ ਬ੍ਰਹਮ ਗਿਆਨੀ ਜਾਂ ਹੋਰ ਜਾਂ ਕਿੰਨੇ ਨਾਮ ਆਪਣੀ ਮਰਜ਼ੀ ਨਾਲ ਹੀ ਲਿਖਾ ਲਵੇਂ। ਜਸ ਕੀਰਤ ਜਗਲੇ, ਸਾਰੀ ਦੁਨੀਆਂ ਦੀ ਸੋਭਾ ਭਾਵੇਂ ਖੱਟ ਲਵੇਂ, ਪਰ ਚੇਤੇ ਰੱਖੀ ਸੱਜਣਾ, ਜੇ ਤਿਸ ਨਦਰ ਨਾ ਆਵਈ, ਜੇ ਪਰਮੇਸ਼ਰ ਦੀ ਨਜ਼ਰ ਵਿੱਚ ਨਹੀਂ ਆਇਆ, ਤਾਂ ਬਾਤ ਨਾ ਪੁੱਛੈ ਕੇ, ਕਹਿੰਦੇ ਤੈਨੂੰ ਫਿਰ ਕਿਤੇ ਵੀ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਕਿਤੇ ਵੀ ਤੈਨੂੰ ਕੋਈ ਪੁੱਛੇਗਾ ਨਹੀਂ, ਦਰਗਾਹ ਵਿੱਚ ਵੀ ਤੇਰੀ ਕੋਈ ਪੁੱਛ ਨਹੀਂ ਹੋਣੀ, ਤੈਨੂੰ ਸਭ ਨੇ ਲਾਣਤ ਹੀ ਪਾਉਣੀ ਹੈ। ਜੇ ਰੱਬ ਦਾ ਨਾਮ ਨਹੀਂ, ਉਮਰਾਂ ਜਿੰਨੀਆਂ ਮਰਜ਼ੀ ਵੱਡੀ ਕਰ ਲਓ, ਕੱਖ ਨਹੀਂ ਬਣ ਸਕਦਾ। ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ, ਉਮਰਾਂ ਵਧਾਓ ਨਾ, ਉਮਰਾਂ ਸਫਲ ਕਰੋ, ਟਾਈਮ ਲੰਬਾ ਨਾ ਕਰੋ, ਛੋਟੇ ਟਾਈਮ ਨੂੰ ਵਧੀਆ ਕਰਕੇ ਦੁਨੀਆਂ ਵਿੱਚ ਚੱਲੋ। ਉਮਰ ਲੰਬੀ ਹੋਣ ਨਾਲ ਕੁਛ ਨਹੀਂ ਹੋਏਗਾ। ਬੜੀ ਲੰਬੀ ਉਮਰ ਹੈ ਸਿੰਬਲ ਰੁੱਖ ਦੀ, 300 ਵਰਿਆਂ ਦੀ ਉਮਰ ਹੈ ਸਿੰਬਲ ਦੇ ਦਰਖਤ ਦੀ, ਪਰ ਪਿਆਰਿਓ ਉਹਦੇ ਨਾ ਤਾਂ ਫਲ ਕਿਸੇ ਕੰਮ ਦੇ, ਨਾ ਉਹਦੇ ਫੁੱਲ ਕਿਸੇ ਕੰਮ ਦੇ, ਪੰਛੀਆਂ ਨੂੰ ਵੀ ਛਾਂ ਨਹੀਂ ਮਿਲਦੀ। ਅਤੇ ਉਮਰ ਵੇਖੋ ਗੁਲਾਬ ਦੇ ਫੁੱਲ ਦੀ ਥੋੜ੍ਹੀ ਜੀ ਹੈ, ਪਰ ਗੁਲਾਬ ਦਾ ਫੁੱਲ ਉਮਰ ਭਾਵੇਂ ਥੋੜ੍ਹੀ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਤੁਸੀਂ ਦੇਖ ਰਹੇ ਹੋ
ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ।